ਜੀ ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ, ਆਇਆਂ ਨੂੰ ਜੀ। ਹੁਣੇ ਹੁਣੇ ਇਸ ਮਸ਼ਹੂਰ ਬੋਲੀਵੁੱਡ ਅਦਾਕਾਰ 'ਤੇ ਹੋ ਗਿਆ ਹਮਲਾ, ਮੱਚੀ ਹਾਹਾਕਾਰ। ਤਾਜ਼ਾ ਵੱਡੀ ਖਬਰ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ, ਅਤੇ ਜਿਨ੍ਹਾਂ ਨੇ ਔਨਲਾਈਨ ਸ਼ੋਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ, ਉੱਥੇ ਜਾ ਕੇ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਆ। ਬਹੁਤ ਸਾਰੇ ਅਜਿਹੇ ਫਿਲਮੀ ਕਲਾਕਾਰ ਹਨ ਜਿਨ੍ਹਾਂ ਵੱਲੋਂ ਆਪਣੀ ਮਿਹਨਤ ਦੇ ਸਦਕਾ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ, ਕਿਉਂਕਿ ਲੋਕਾਂ ਵੱਲੋਂ ਕੀਤੇ ਜਾਂਦੇ ਅਜਿਹੇ ਵਿਵਹਾਰ ਦੇ ਕਾਰਨ ਉਹਦੇ ਅਦਾਕਾਰਾਂ ਦੀ ਸੁਰੱਖਿਆ ਵੀ ਚਿੰਤਾ 'ਚ ਪੈ ਜਾਂਦੀ। ਹੁਣ ਇਸ ਮਸ਼ਹੂਰ ਬੋਲੀਵੁੱਡ ਅਦਾਕਾਰ 'ਤੇ ਹੋਇਆ ਹਮਲਾ, ਜਿਸ ਬਾਰੇ ਹਾਹਾਕਾਰ ਮੱਚੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰ ਹਿੱਟ ਅਤੇ ਯਾਦਗਾਰ ਫਿਲਮਾਂ ਦੇਣ ਵਾਲੇ ਤਮਿਲ ਫਿਲਮਾਂ ਦੀ ਸੁਪਰਸਟਾਰ ਵਿਜੇ ਸੇਤੂਪਤੀ ਉੱਪਰ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋ ਰਹੀ ਹੈ। ਇਸ ਦੀ ਜਾਣਕਾਰੀ ਖੁਦ ਅਦਾਕਾਰ ਵੱਲੋਂ ਦਿੱਤੀ ਗਈ। ਵਾਇਰਲ ਹੋਈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕਿਸ ਤਰ੍ਹਾਂ ਏਅਰਪੋਰਟ ਉੱਪਰ ਹੀ ਸੁਰੱਖਿਆ ਗਰੁੱਪ ਉੱਪਰ ਛਾਲ ਮਾਰ ਦਿੰਦਾ ਹੈ। ਇਸ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਅਦਾਕਾਰ ਬੈਂਗਲੋਰ ਦੇ ਕੇਪੇਗੋੜਾ ਹਵਾਈ ਅੱਡੇ 'ਤੇ ਦਾਖਲ ਹੋਇਆ ਸੀ, ਤਾਂ ਉਸ ਸਮੇਂ ਅਚਾਨਕ ਵਿਅਕਤੀ ਵੱਲੋਂ ਇਸ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਦਾਕਾਰ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਉਸ ਨੂੰ ਘੇਰ ਲਿਆ ਗਿਆ, ਜਿਸ ਕਾਰਨ ਹਮਲਾ ਉਸ ਉੱਪਰ ਨਹੀਂ ਹੋ ਸਕਿਆ। ਉਸ ਵਿਅਕਤੀ ਵੱਲੋਂ ਹਵਾਈ ਅੱਡੇ ਦੀ ਅਦਾਕਾਰ ਨਾਲ ਕੀਤੀ ਗਈ ਜੀ ਹਰਕਤ ਨੂੰ ਲੈ ਕੇ ਲੋਕ ਹੈਰਾਨ ਨੇ। ਉਹਦੇ ਦੱਸਿਆ ਕਿ ਅਦਾਕਾਰ ਬਿਲਕੁਲ ਸੁਰੱਖਿਅਤ ਹੈ, ਖਬਰ ਨੂੰ ਲਾ ਸਕਦੇ।